ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਇਹ ਹੈ ਕਿ ਜਿਹੜੇ ਹਰਸਾ ਬੇਲਾ ਅਤੇ ਪੱਟੀ ਕੁਲਚੀ ਜਿੰਨੇ ਵੀ ਬੰਦੇ ਫਸੇ ਹੋਏ ਸੀ ਉਹ ਸਾਰੇ ਕੱਢ ਲਏ ਗਏ ਨੇ ਸੁਰੱਖਿਅਤ ਨੇ ਠੀਕ ਠਾਕ ਨੇ ਅਤੇ ਬਾਕੀ ਪਿੰਡਾਂ 'ਚ ਵੀ ਕਿਤੇ ਵੀ ਕੋਈ ਫਸਿਆ ਹੋਇਆ ਨਹੀਂ ਹੈਗਾ ਇੱਕੋ ਹੀ ਬੇਨਤੀ ਹੈ ਜੀ ਆਪ ਸਭ ਨੂੰ ਕਿ ਅਫਵਾਹਾਂ ਤੋਂ ਬਚ ਕੇ ਰਹਿਣਾ ਮੈਂ ਚੰਗੇ ਚੰਗੇ ਟੀ ਵੀ ਚੈਨਲ ਵੀ ਦੇਖ ਰਿਹਾ ਉਹ ਇਸ ਵਕਤ ਜਿਹੜੇ ਹੈ ਜਿਵੇਂ ਪੁਰਾਣੀਆਂ ਵੀਡੀਓਜ਼ ਕੱਲ੍ਹ ਦੀਆਂ ਵੀਡੀਓਜ਼ ਦਿਖਾ ਰਹੇ ਆ ਉਹਦੇ 'ਤੇ ਤੁਸੀਂ ਗੌਰ ਨਾ ਕਰੋ ਇਸ ਕਰਕੇ ਸਿਰਫ ਇੰਨੀ ਕੁ ਬੇਨਤੀ ਹੈ ਕਿ ਅੱਜ ਪਾਣੀ ਫਿਰ ਛੱਡਿਆ ਜਾਊਗਾ ਪਰ ਕੱਲ੍ਹ ਨਾਲੋਂ ਘੱਟ ਹੈ ਅਤੇ ਕਿਸੇ ਵੀ ਸਾਰੇ ਪ੍ਰਸ਼ਾਸਨ ਦੇ ਲੋਕ ਲੱਗੇ ਹੋਏ ਨੇ ਜਿਹੜੇ ਘਰ ਦਰਿਆ ਦੇ ਆਸ ਪਾਸ ਆ ਉਹਨਾਂ ਨੂੰ ਬੇਨਤੀ ਹੈ ਕਿ ਸੁਰੱਖਿਅਤ ਥਾਵਾਂ ਦੇ ਉੱਤੇ ਸਾਰੇ ਪਾਸੇ ਮਾਰਕ ਕਰਤੇ ਜੇ ਨਹੀਂ ਤੁਹਾਨੂੰ ਬੰਦੋਬਸਤ ਹੋਏ ਸਾਨੂੰ ਦੱਸੋ ਤੁਹਾਡੇ ਪ੍ਰਸ਼ਾਦੇ ਦਾ ਰਹਿਣ ਦਾ ਸਾਰਾ ਬੰਦੋਬਸਤ ਉੱਥੇ ਹੋਊਗਾ ਕਿਰਪਾ ਕਰਕੇ ਜਿਹੜੇ ਘਰ ਬਿਲਕੁਲ ਦਰਿਆ ਦੇ ਕੋਲ ਹੈ ਉਹ ਆਪਣਾ ਉੱਥੇ ਨਾ ਜਾਣ ਆਪਣੇ ਬੱਚਿਆਂ ਨੂੰ ਦਰਿਆ ਦੇ ਕੋਲ ਨਾ ਭੇਜੋ ਬਾਕੀ ਕੋਈ ਖਤਰੇ ਵਾਲੀ ਗੱਲ ਨਹੀਂ ਇਹ ਜਿਹੜਾ ਜਿੰਨਾ ਕੁ ਪਾਣੀ ਅੱਜ ਵੀ ਛੱਡਿਆ ਜਾਊਗਾ ਉਹ ਕੱਲ੍ਹ ਨਾਲੋਂ ਘੱਟ ਹੈ ਅਤੇ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਆਪ ਸਭ ਨੂੰ ਬੇਨਤੀ ਹੈ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਸਰਕਾਰੀ ਅਨਾਊਂਸਮੈਂਟ ਤੋਂ ਇਲਾਵਾ ਕਿਸੇ ਵੀਡੀਓ ਕਿਸੇ ਹੋਰ ਮੈਸੇਜ 'ਤੇ ਯਕੀਨ ਨਹੀਂ ਕਰਨਾ ਕਿਉਂ ਉਹਦੇ ਨਾਲ ਕੀ ਹੈ ਕਿ ਜੀ ਨੁਕਸਾਨ ਹੁੰਦਾ ਜਿਹੜਾ ਕੋਈ ਰਾਹਤ ਕਾਰਜ ਹੈ ਉਹ ਵੀ ਪ੍ਰਭਾਵਿਤ ਹੁੰਦਾ ਅਫਸਰ ਵੀ ਡੀਮੋਟੀਵੇਟ ਹੁੰਦੇ ਇਸ ਕਰਕੇ ਬੇਨਤੀ ਹੈ ਤੁਹਾਨੂੰ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਿਲਕੁਲ ਚਿੰਤਾ ਕਰਨ ਵਾਲੀ ਗੱਲ ਨਹੀਂ ਇਸ ਵਕਤ ਵੀ ਸਾਡੇ ਇਲਾਕੇ 'ਚ ਇਸ ਵਕਤ ਕਿਸੇ ਵੀ ਕੋਈ ਵੀ ਇੱਦਾਂ ਦਾ ਪਿੰਡ ਨਹੀਂ ਜੋ ਸਾਰਾ ਪਾਣੀ ਡੁੱਬਿਆ ਹੋਵੇ ਉਹਨਾਂ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੀ ਦੌਲਾ ਬਸਤੀ ਆ ਉੱਥੇ ਜ਼ਿਆਦਾ ਪਾਣੀ ਹੈ ਜਾਂ ਫਿਰ ਬੇਲੇ ਆ ਜਿਹਨਾਂ ਦਾ ਕਨੈਕਸ਼ਨ ਟੁੱਟ ਗਿਆ ਹੋਇਆ ਉਹ ਵੀ ਉਹਨੇ ਅੱਜ ਆਪ ਹੀ ਤੋੜਿਆ ਤਾਂ ਕਿ ਸੜਕਾਂ ਬਚ ਸਕਣ ਅਤੇ ਪਾਣੀ ਨਿਕਲ ਸਕੇ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਸਾਰਾ ਪ੍ਰਸ਼ਾਸਨ ਖੁਦ ਮੁੱਖ ਮੰਤਰੀ ਸਾਹਿਬ ਖਾਸ ਨਜ਼ਰ ਰੱਖ ਰਹੇ ਨੇ ਅਨੰਦਪੁਰ ਸਾਹਿਬ 'ਤੇ ਸਾਰੇ ਉੱਚ ਪੱਧਰੀ ਅਫਸਰ DC SSP ਤੋਂ ਲੈ ਕੇ ਸਾਰੇ ਅਫਸਰ ਇਸ ਵਕਤ ਅਨੰਦਪੁਰ ਸਾਹਿਬ ਦੇ ਪਿੰਡਾਂ 'ਚ ਕਿਤੇ ਵੀ ਲੋੜ ਹੋਊਗੀ ਮੈਂ ਖੁਦ ਵੀ ਕੱਲ੍ਹ ਰਾਤ ਦਾ ਸਵੇਰ ਦਾ ਹਰ ਵੇਲੇ ਅੱਜ ਵੀ ਸਾਰਾ ਵਕਤ ਇੱਥੇ ਹੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਅਤੇ ਆਪਾਂ ਜਿਵੇਂ ਸੂਝਬੂਝਤਾ ਨਾਲ ਆਪਾਂ ਇਸ ਮੁਸੀਬਤ ਦਾ ਹੱਲ ਕੱਢਦੇ ਹਾਂ ਬਹੁਤ ਧੰਨਵਾਦ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ